ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਇਲੈਕਸ਼ਨਾਂ ਦੇ ਸੰਬੰਧ ਵਿੱਚ ਵਰਤਮਾਨ ਚੌਕ ਵਿੱਚ ਕੀਤੀ ਸਪੈਸ਼ਲ ਨਾਕਾਬੰਦੀ ਦੌਰਾਨ ਆਟੋ ਵਿੱਚ ਲੱਦ ਕੇ ਲਿਜਾ ਰਹੀ 20 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਿਸ ਦੇ ਨਾਲ ਦੋ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਉਹਨਾਂ ਦਾ ਤੀਜਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਲੱਖਣ ਸਿੰਘ ਨੇ ਕਿਹਾ ਕਿ ASI ਰੇਸ਼ਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਵਰਧਮਾਨ ਚੌਕ ਵਿੱਚ ਇਲੈਕਸ਼ਨਾਂ ਦੇ ਸੰਬੰਧ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤੇ ਸ਼ੱਕ ਦੇ ਬਿਨਾਂ ਤੇ ਇੱਕ ਆਟੋ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਉਸ ਵਿੱਚ ਰੱਖੀ 20 ਪੇਟੀਆਂ ਹਰਿਆਣਾ ਮਾਰਕਾ ਅੰਗਰੇਜ਼ੀ ਨਜਾਇਜ਼ ਸ਼ਰਾਬ ਬਰਾਮਦ ਹੋਈ। ਕੱਲ ASI ਰੇਸ਼ਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਵਰਧਮਾਨ ਚੌਕ ਇਲੈਕਸ਼ਨ ਸੰਬੰਧੀ ਸਪੈਸ਼ਲ ਨਾਕਾਬੰਦੀ ਦਾ ਚੈਕਿੰਗ ਕਰ ਰਿਹਾ ਸੀ। ਉਹਨੂੰ ਜਿਹੜੀ ਇਤਲਾਹ ਮਿਲੀ ਕਿ ਲਖਵੀਰ ਸਿੰਘ ਲੱਕੀ ਅਤੇ ਧਰਮਿੰਦਰ ਸਿੰਘ ਜਿਹੜੇ ਸ਼ਰਾਬ ਲੈ ਕੇ 3 ਮਿੰਟ ਵਿੱਚ ਬੰਦ ਬੋਡੀ ਵਿੱਚ ਆ ਰਹੇ ਆ ਅਤੇ ਇਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਤੀਸਰਾ ਸਾਥੀ ਰਾਜੂ ਡਾਬਾ ਵੀ ਨਾਲ ਹੀ ਹੈ, ਜਿਸ ਸੰਬੰਧੀ ਉਹਨੇ ਮੁਕੱਦਮਾ ਮਖੂਰੀ 'ਤੇ ਮੁਕੱਦਮਾ ਦਰਜ ਕਰਕੇ ਵਰਧਮਾਨ ਨਾਕਾਬੰਦੀ ਲਾ ਕੇ ਚੈਕਿੰਗ ਸ਼ੁਰੂ ਕੀਤੀ ਤਾਂ ਇਹ ਦੋ ਬੰਦੇ ਜਿਹੜੇ ਆ ਲਖਵੀਰ ਸਿੰਘ ਲੱਕੀ ਅਤੇ ਧਰਮਿੰਦਰ ਸਿੰਘ ਮੌਕੇ 'ਤੇ ਕਾਬੂ ਕਰ ਲਏ ਅਤੇ ਜਿਹਨਾਂ ਪਾਸੋਂ 20 ਪੇਟੀਆਂ ਸ਼ਰਾਬ ਜਿਹੜੀ ਆ ਅੰਗਰੇਜ਼ੀ ਜਿਹਨਾਂ ਉੱਤੇ ਸੇਲ ਫਾਰ ਹਰਿਆਣਾ ਲਿਖਿਆ ਬਰਾਮਦ ਕੀਤੀ ਅਤੇ ਲੱਕੀ ਰਾਜੂ ਡਾਬਾ ਜਿਹੜਾ ਉਹ ਮੌਕੇ ਤੋਂ ਭੱਜ ਗਿਆ। ਜਿਸ ਸੰਬੰਧੀ ਇਹਨਾਂ ਨੂੰ ਮੁਕੱਦਮਾ ਦਰਜ ਕਰਕੇ ਅੱਜ ਪੇਸ਼ ਅਦਾਲਤ ਕੀਤੇ ਗਏ ਅਤੇ ਰਾਜੂ ਡਾਬਾ ਨੂੰ ਜਿਹੜਾ ਗ੍ਰਿਫਤਾਰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।